एसटीएफ लुधियाना रेंज ने गुप्त सूचना दे आधार ते एक एक्टिवा सवार व्यक्ति तो 1 किलो 40 ग्राम हैरोइन ते 5000 यूएस डॉलर ड्रग मनी एक मंपिंग एक्शन गन अते कारतूस सहित काबू किया है। बरामद हैरोइन की कीमत अंतरराष्ट्रीय मार्केट में 5 करोड़ तो वध दसी गई है। AIG एसटीएफ लुधियाना रेंज के सनेदीप शर्मा का कहना है कि इन्हों तो होर भी अहम खुलासे होने की संभावना है। SPF ਲੁਧਿਆਣਾ ਯੂਨਿਟ ਨੇ ਇੰਸਪੈਕਟਰ ਹਰਬੰਸ ਸਿੰਘ ਦੀ ਨਿਗਰਾਨੀ ਵਿੱਚ ਪਰਮਜੀਤ ਸਿੰਘ ਸਾਡੇ ਜਿਹੜੇ ਇਹਨਾਂ ਦੀ ਨਿਗਰਾਨੀ ਦੇ ਵਿੱਚ ਇੱਕ ਬੜਾ ਵਧੀਆ ਕੰਮ ਕੀਤਾ ਕਿ ਯਾਦਵਿੰਦਰ ਸਿੰਘ ਯਾਦਾ ਨਾਂ ਦਾ ਵਿਅਕਤੀ ਜਿਹੜਾ ਕਿ ਪੱਟੀ ਏਰੀਆ ਨੂੰ ਬਿਲੋਂਗ ਕਰਦਾ ਉੱਥੋਂ ਭੱਜ ਕੇ ਇੱਥੇ ਆ ਕੇ ਬੈਠਾ ਹੋਇਆ ਸੀਗਾ ਫੁੱਲਾਵਾਲਾ ਏਰੀਆ ਦੇ ਵਿੱਚ ਪੱਖੋਵਾਲ ਰੋਡ ਦੇ ਉੱਪਰ। ਉਹ ਵਿਅਕਤੀ ਕਾਫੀ ਸਮੇਂ ਤੋਂ ਡਰੱਗ ਦੇ ਵਿੱਚ ਡੀਲ ਕਰ ਰਿਹਾ ਸੀਗਾ। ਇਸ ਵਿਅਕਤੀ ਕੋਲੋਂ 1 ਕਿਲੋ 40 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਔਰ $5,000 ਇਹਦੇ ਕੋਲੋਂ ਨਾਲ ਬਰਾਮਦ ਹੋਏ ਨੇ। ਇੱਕ ਪੰਪ ਐਕਸ਼ਨ 12 ਬੋਰ ਦੀ ਰਾਈਫਲ ਵੀ ਇਹਦੇ ਕੋਲੋਂ ਬਰਾਮਦ ਹੋਈ ਹੈ। ਇਹ ਵਿਅਕਤੀ ਔਰ ਇਹਦਾ ਭਰਾ ਰਾਓ ਵਰਿੰਦਰ ਸਿੰਘ ਜਿਹੜਾ ਕਿ ਕਈਆਂ ਕੇਸਾਂ ਵਿੱਚ PO ਹੈ ਉਹ ਵੀ ਇਹਦੇ ਨਾਲ ਰਲ ਕੇ ਕੰਮ ਕਰਦਾ ਸੀਗਾ। ਲੇਕਿਨ ਉਹ ਬੰਦਾ ਜਿਹਦੇ ਬਾਰੇ ਪਤਾ ਲੱਗਿਆ ਕਿ ਵੀ ਉਹ ਅਬਰੋਡ ਭਰ ਚੁੱਕਿਆ, ਅਸੀਂ ਉਹਨੂੰ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਇਹ ਕਾਫੀ ਸਮੇਂ ਤੋਂ ਲੁਧਿਆਣਾ ਔਰ ਉਹਦੇ ਆਸ ਪਾਸ ਦੇ ਇਲਾਕੇ ਦੇ ਵਿੱਚ ਡਰੱਗਸ ਭਾਰੀ ਮਾਤਰਾ ਵਿੱਚ ਸਪਲਾਈ ਕਰਦਾ ਸੀਗਾ। ਇਹ ਵਿਅਕਤੀ ਜਿਹੜੇ ਹੈਗੇ ਨੇ ਜੀ, ਇਹ ਔਰ ਇਹਦਾ ਭਰਾ ਕਈ ਕਾਰ ਖੋਹਣ ਦੀਆਂ ਵਾਰਦਾਤਾਂ ਵਿੱਚ, ਗਨ ਪੁਆਇੰਟ ਦੇ ਉੱਪਰ ਗੱਡੀਆਂ ਖੋਹਣ ਦੀਆਂ ਵਾਰਦਾਤਾਂ ਜੋ ਇਨਵੋਲਵ ਨੇ ਉਹ ਵਿੱਚ PO ਨੇ ਔਰ ਇਹ ਵਿਅਕਤੀ ਜਿਹੜੇ ਨੇ ਕਿਉਂਕਿ ਅਜੇ ਤੱਕ ਪਤਾ ਲੱਗਾ 7 ਤੋਂ 8 ਕਾਰਾਂ ਖੋਹ ਕੇ ਵੇਚ ਚੁੱਕੇ ਨੇ ਔਰ ਅਸੀਂ ਬਾਕੀ ਤਫਤੀਸ਼ ਦੇ ਦੌਰਾਨ ਜੋ ਉਹਦੇ ਤੱਕ ਸਾਹਮਣੇ ਆਉਣਗੇ ਅਸੀਂ ਦੱਸਾਂਗੇ ਔਰ ਤਰਨ ਤਾਰਨ ਪੁਲਿਸ ਦੇ ਨਾਲ ਵੀ ਅਸੀਂ ਟੱਚ ਹੈ। ਅਜੇ ਤੱਕ ਤਾਂ 2 ਕੇਸ ਸ਼ਾਇਦ NDPS ਨੇ, ਬਾਕੀ 4-5 ਕੇਸਿਸ ਜਿਹੜੇ ਨੇ ਰਫਲੀ ਇਹਨਾਂ ਦੋ ਕਾਰ ਸਨੈਚਿੰਗ ਦੇ ਨੇ। ਤੇ ਸਰ ਇਹ ਖੁਦ ਵੀ ਅਡਿਕਟ ਸੀਗੇ? ਨਹੀਂ, ਇਹਦੇ ਬਾਰੇ ਨਹੀਂ ਅਜੇ ਤੱਕ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਹੈ। ਸਰ ਇੱਕ ਦੂਸਰੇ ਮਾਮਲੇ ਦੀ ਅਸੀਂ ਗੱਲ ਕਰਨ ਲੱਗੇ ਹਾਂ ਵੀ ਜਿਹੜਾ ਹਵਾਲਦਾਰ ਤੁਸੀਂ ਕੱਲ੍ਹ ਗ੍ਰਿਫਤਾਰ ਕੀਤਾ ਸੀਗਾ ਨਸ਼ੇ ਦੀ ਗੱਡੀ ਨਾਲ, ਤੇ ਉਹਦੇ ਬਾਰੇ ਕੀ ਅੱਗੇ ਕਾਰਨ? ਜਿਹੜਾ ਹੈੱਡ ਕਾਂਸਟੇਬਲ ਸੀਗਾ ਇਹ ਪਹਿਲਾਂ ਕਮਿਸ਼ਨਰੇਟ ਵਿੱਚ ਐਂਟੀ ਨਾਰਕੋਟਿਕ ਸੈੱਲ 'ਚ ਵੀ ਲੱਗਾ ਰਿਹਾ ਔਰ ਇਹਦੇ ਬਾਰੇ ਇਹੀ ਸੀਗਾ ਕਿ ਇਹ ਖੁਦ ਇਸ ਧੰਦੇ ਵਿੱਚ ਪੈ ਚੁੱਕਾ ਸੀਗਾ ਔਰ ਆਪ ਜਿਹੜਾ ਸਮਾਨ ਦਿੱਲੀ ਤੋਂ ਲਿਆ ਕੇ ਵੇਚਦਾ ਸੀਗਾ। ਇਹਦੇ ਕੋਲੋਂ ਅਸੀਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਔਰ ਕਮਿਸ਼ਨਰ ਪੁਲਿਸ ਲੁਧਿਆਣਾ ਨੂੰ ਇੰਟੀਮੇਟ ਕਰਤਾ ਗਿਆ ਸੀ, ਜਿਨ੍ਹਾਂ ਨੇ ਇਹਨੂੰ ਨੌਕਰੀ 'ਚ ਡਿਸਮਿਸ ਕਰ ਦਿੱਤਾ।